ਪਹਾੜੀ ਖੇਤਰਾਂ ਦੇ ਵਿੱਚ ਬਰਸਾਤਾਂ ਦੇ ਨਾਲ ਮੈਦਾਨੀ ਖੇਤਰਾਂ ਦੇ ਵਿੱਚ ਵਗ ਰਹੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਵਧਿਆ ਹੋਇਆ ਨਜ਼ਰ ਆ ਰਿਹਾ ਔਰ ਇਸ ਸਮੇਂ ਅਸੀਂ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਮੌਜੂਦ ਹਾਂ, ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਪਿਛਲੇ ਸਾਲ ਜਦੋਂ ਬਰਸਾਤਾਂ ਆਈਆਂ ਸਨ ਪਾਣੀ ਦਾ ਪੱਧਰ ਬੇਹੱਦ ਵਧਿਆ ਸੀਗਾ। ਤਾਂ ਇਹ ਪੁਲਿਸ ਚੌਂਕੀ ਦੀਆਂ ਤਸਵੀਰਾਂ ਨੇ, ਉਸ ਪੁਲਿਸ ਚੌਂਕੀ ਦੀਆਂ ਤਸਵੀਰਾਂ ਨੇ ਜੋ ਬੇਹੱਦ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅੱਧਿਓ ਵੱਧ ਜਿਹੜਾ ਹੈਗਾ ਉਹ ਰੋੜ ਚੁੱਕੀ ਸੀ ਔਰ ਉਸ ਤੋਂ ਬਾਅਦ ਦੁਬਾਰਾ ਤੋਂ ਇਸਦੀ ਮੁਰੰਮਤ ਕਰਕੇ ਜਿਹੜਾ ਹੈਗਾ ਇਸ ਨੂੰ ਫਿਰ ਤੋਂ ਬਣਾਇਆ ਗਿਆ ਹੈ। ਲੇਕਿਨ ਹਾਲੇ ਵੀ ਜੇਕਰ ਗੱਲ ਕਰਾਂ ਤਾਂ ਅਸਥਾਈ ਤੌਰ ਦੇ ਉੱਤੇ ਜਿਹੜੀ ਪੁਲਿਸ ਚੌਂਕੀ ਹੈਗੀ ਆ ਉਹ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਤਰਫ ਦੀਆਂ ਤਸਵੀਰਾਂ ਦੀ ਗੱਲ ਕਰਾਂ ਤਾਂ ਪਾਣੀ ਦਾ ਪੱਧਰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਆਮ ਨਾਲੋਂ ਜੋ ਬਿਆਸ ਦਰਿਆ ਦੇ ਵਿੱਚ ਆਮ ਪਾਣੀ ਦਾ ਪੱਧਰ ਹੁੰਦਾ ਸੀਗਾ ਉਸ ਤੋਂ ਵਧੇਰੇ ਜਿਹੜਾ ਹੈਗਾ ਪਾਣੀ ਦਾ ਵਧਿਆ ਹੋਇਆ ਪੱਧਰ ਜਿਹੜਾ ਹੈਗਾ ਵਧੇਰੇ ਜਿਹੜਾ ਹੈਗਾ ਹੁਣ ਨਜ਼ਰ ਆ ਰਿਹਾ। ਤਾਂ ਮੇਰੇ ਨਾਲ ਇੱਥੇ ਮੌਜੂਦ ਜਿਹੜੇ ਗੋਤਾਖੋਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਕਿ ਕਿੰਨਾ ਕੁ ਪਾਣੀ ਜਿਹੜਾ ਹੈਗਾ ਆਮ ਜੋ ਸਥਿਤੀ ਸੀਗੀ ਉਸ ਤੋਂ ਕਿੰਨਾ ਕੁ ਵਧਿਆ ਹੈਗਾ ਔਰ ਹੁਣ ਦੇ ਜਿਹੜੇ ਤਾਜ਼ਾ ਹਾਲਾਤ ਹੈਗੇ ਨੇ ਉਹ ਕਿਸ ਤਰ੍ਹਾਂ ਦੇ ਹੈਗੇ ਨੇ। ਕੀ ਨਾਮ ਹੈ ਤੁਹਾਡਾ? ਮੰਨੂ ਲਾਲ ਜੀ। ਮੰਨੂ ਲਾਲ, ਕੀ ਕੰਮ ਕਰਦੇ ਹੋ ਇੱਥੇ? ਗੋਤਾਖੋਰੀ ਕਿੰਨੇ ਚਿਰ ਤੋਂ ਕਰ ਰਹੇ ਹੋ ਔਰ ਕਿਸ ਤਰ੍ਹਾਂ ਦਾ ਪਾਣੀ ਦਾ ਜਿਹੜਾ ਹੈਗਾ ਪੱਧਰ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਕਿ ਕਿੰਨਾ ਕੁ ਆਮ ਜਿਹੜਾ ਸੀਗਾ ਉਹਨਾਂ ਹੀ ਚੱਲ ਰਿਹਾ ਜਾਂ ਉਸ ਤੋਂ ਤੁਹਾਨੂੰ ਵਾਧਾ ਦਿਖ ਰਿਹਾ? ਵੱਧ ਹੋ ਗਿਆ ਜੀ, 5 ਫੁੱਟ ਪਾਣੀ ਵੱਧ ਹੋ ਗਿਆ। ਵੱਧ ਹੋ ਗਿਆ, ਹੁਣ ਵਧੂਗਾ ਪਾਣੀ, ਆ ਮੀਂਹ ਪਊਗਾ ਫਿਰ ਔਰ ਵੜੂਗਾ ਪਾਣੀ, ਘੱਟੋ ਘੱਟ ਵੜਨਾ ਹੈ 6-7 ਫੁੱਟ ਔਰ 6-7 ਫੁੱਟ, 6-7 ਫੁੱਟ ਹੋਰ ਉੱਪਰ ਜਾਊ, ਉੱਪਰ ਜਾਊਗਾ। ਅੱਜ ਕਿੰਨੇ ਕੁ ਦਿਨਾਂ ਤੋਂ ਤੁਹਾਨੂੰ ਲੱਗਦਾ ਪਿਆ ਕਿ ਪਾਣੀ ਵੱਧ ਰਿਹਾ, ਜਿਵੇਂ ਕਿ ਆਮ ਜੋ ਪਾਣੀ ਚੱਲਦਾ ਸੀਗਾ ਹੁਣ ਜਿਹੜੀ ਸਥਿਤੀ ਹੈਗੀ ਆ ਕਿਤੇ ਨਾ ਕਿਤੇ ਜਿਹੜਾ ਬਰੇਤਾ ਸੀਗਾ ਉਹ ਦਿਖਾਈ ਦਿੰਦਾ ਸੀਗਾ, ਲੇਕਿਨ ਹੁਣ ਪੂਰਨ ਤੌਰ ਦੇ ਉੱਤੇ ਵਹਾਅ ਵੀ ਤੇਜ਼ ਦਿਖਾਈ ਦੇ ਰਿਹਾ, ਉਸ ਦੇ ਨਾਲ ਪਾਣੀ ਦਾ ਪੱਧਰ ਵੀ ਜਿਹੜਾ ਹੈਗਾ ਉਹ ਵਧਿਆ ਹੋਇਆ ਦਿਖਾਈ ਦੇ ਰਿਹਾ। ਇਹ ਕਿਸ ਦਿਨ ਤੋਂ ਤੁਹਾਨੂੰ ਲੱਗ ਰਿਹਾ ਕਿ ਵਾਧਾ ਹੋਇਆ? ਹਾਂਜੀ, 2 ਕੁ ਹਫ਼ਤੇ ਹੋ ਗਏ। 2 ਕੁ ਹਫ਼ਤੇ ਹੋ ਗਏ ਵਧਿਆ ਹੋਇਆ? ਹਾਂ, ਵੱਧ ਘੱਟ ਰਿਹਾ ਵਾ, ਅੱਜ ਫਿਰ ਵੱਧ ਗਏ 4 ਫੁੱਟ। ਬਰਸਾਤਾਂ ਦੇ ਨਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜਾ ਹੈਗਾ ਇੱਥੇ ਫਰਕ ਪੈਂਦਾ ਪਿਆ, ਪਾਣੀ ਵੱਧਦਾ ਪਿਆ? ਹਾਂ, ਵੱਧਦਾ ਹੀ ਪਿਆ। ਕੀ ਜਿਹੜੇ ਤੁਹਾਡੇ ਕੋਲ ਇੱਥੇ ਕਹਿ ਲਓ ਕਿ ਸਹੂਲਤ ਨੂੰ ਲੈ ਕੇ ਜਿਵੇਂ ਕਿ ਲਾਈਫ ਜੈਕਟਸ ਆ, ਹੋਰ ਕਿਹੜੀਆਂ ਕਿਹੜੀਆਂ ਸਹੂਲਤਾਂ ਤੁਹਾਡੇ ਕੋਲ ਇੱਥੇ ਹੈਗੀਆਂ? ਆਪਣੇ ਕੋਲ ਤਾਂ ਮਤਲਬ ਇਹ ਸਿਲੰਡਰ ਸਾਰਾ ਕੁਛ ਆ, ਪਰ ਔਰ ਕੋਈ ਸਰਕਾਰ ਦਿੰਦਾ ਨਹੀਂ, ਮਤਲਬ ਬੰਦੇ ਨੂੰ ਬਚਾਉਣ ਜਾਈਏ ਤਾਂ ਕੁਛ ਤੈਨਾਤ ਉਹਨਾਂ ਚਾਹੀਦਾ, ਔਰ ਕੁਛ ਨਹੀਂ। ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਜਿਹੜੀ ਤੁਹਾਡੇ ਕੋਲ ਇੱਥੇ ਨਹੀਂ ਹੈਗੀਆਂ ਇਸ ਸਮੇਂ? ਕਿਉਂਕਿ ਪਿਛਲੀ ਵਾਰ ਵੀ ਜਦੋਂ ਪਾਣੀ ਦਾ ਪੱਧਰ ਵਧਿਆ ਸੀਗਾ ਤਾਂ ਤਕਰੀਬਨ ਪਾਣੀ ਜਿਹੜਾ ਹੈਗਾ ਇਸ ਬੇਸ ਤੋਂ ਵੀ ਉੱਚਾ ਜਾ ਚੁੱਕਾ ਸੀਗਾ, ਤਾਂ ਉਦੋਂ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਾਂ ਗੋਤਾਖੋਰਾਂ ਦੇ ਕੋਲ ਵੀ ਪ੍ਰੋਪਰ ਸਮਾਨ ਨੂੰ ਲੈ ਕੇ ਜਿਹੜਾ ਸਵਾਲ ਉੱਠੇ ਸੀਗੇ, ਤਾਂ ਹੁਣ ਕੀ ਕੁਛ ਹੈਗਾ ਤੁਹਾਡੇ ਕੋਲ, ਕੀ ਜ਼ਰੂਰਤ ਹੈ ਹੋਰ ਇੱਥੇ ਸਮਾਨ ਦੀ? ਜ਼ਰੂਰਤ ਆ ਉਹ ਆਪਾਂ ਨੂੰ ਮਤਲਬ ਸੇਫਟੀ ਵਾਲਾ ਉੱਪਰ ਉਹੀ ਲਿਆ ਦੇਵੇ, ਉਹ ਤਾਂ ਸਿਲੰਡਰ ਦਵਾ ਦੇਵੇ। ਕੁਛ ਸਰਕਾਰ ਨਾਲ ਜਾਂ ਫਿਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ SDM ਬਾਬਾ ਬਕਾਲਾ ਸਾਹਿਬ ਹੈਗੇ ਆ, ਉਹਨਾਂ ਵੱਲੋਂ ਇੱਥੇ ਕੋਈ ਪਤਾ ਕੀਤਾ ਗਿਆ ਪਾਣੀ ਦੇ ਪੱਧਰ ਨੂੰ ਲੈ ਕੇ, ਜਾਂ ਫਿਰ ਤੁਹਾਡੇ ਕੋਲ ਜਿਹੜੀਆਂ ਕੋਈ ਜ਼ਰੂਰਤਾਂ ਹੈਗੀਆਂ ਉਸ ਸੰਬੰਧੀ ਕੋਈ ਗੱਲ ਹੋਈ ਹੁਣ ਤੱਕ? ਨਹੀਂ, ਕੋਈ ਆਇਆ ਹੋਵੇ? ਕੋਈ ਨਹੀਂ ਆਇਆ ਇੱਥੇ, ਕੋਈ ਗੱਲ ਉੱਦਾਂ ਦੀ ਕੋਈ ਕਰਕੇ ਨਹੀਂ ਗਏ ਆ। ਕੀ ਮੰਗ ਕਰਦੇ ਹੋ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਇੱਥੇ ਹੋਣੀਆਂ ਚਾਹੀਦੀਆਂ? ਬਾਕੀ ਤਨਖਾਹ ਆਪਾਂ ਨੂੰ ਚਾਹੀਦਾ 10-15 ਹਜ਼ਾਰ ਹੋ ਜਾਵੇ ਤਾਂ ਵੀ ਆਪਾਂ ਗੁਜ਼ਾਰਾ ਕਰ ਲਵਾਂਗੇ, ਘੱਟੋ ਘੱਟ ਤਾਂ ਇਹ ਚਾਹੀਦਾ, ਫਿਰ ਆਪਣਾ ਰੁਕਣਾ ਕੋਈ ਫਾਇਦਾ ਰਹੂਗਾ? ਅਸੀਂ ਟੁੱਟੇ ਨਾਲ ਕਿੰਨੇ ਦਿਨ ਗੁਜ਼ਾਰਾ ਕਰ ਲਵਾਂਗੇ? ਜੇ ਨਹੀਂ ਹੈਗਾ, ਕਿਉਂਕਿ ਹੁਣ ਤੱਕ ਤਨਖਾਹ ਤੇ ਕੋਈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਨਹੀਂ ਹੈਗੀ ਤੁਹਾਨੂੰ? ਕੁਛ ਨਹੀਂ ਹੈ। ਜੇ ਗੁਜ਼ਾਰਾ ਨਹੀਂ ਹੁੰਦਾ ਫਿਰ? ਗੁਜ਼ਾਰਾ ਨਹੀਂ ਹੋਊਗਾ, ਆਪਾਂ ਨਿਕਲ ਜਾਵਾਂਗੇ, ਆਪਾਂ ਹੋਰ ਕੀ ਕਰਾਂਗੇ ਇੱਥੇ। ਕਿੰਨੇ ਲੋਕ ਤੈਨਾਤ ਰਹਿੰਦੇ ਤੁਸੀਂ ਇੱਥੇ ਜਿਹੜਾ ਦਰਿਆ ਦੇ ਉੱਤੇ? ਹੈਗੇ 10-12 ਬੰਦੇ।
10 12 ਬੰਦੇ ਰਹਿੰਦੇ ਆ ਇੱਥੇ ਹਮੇਸ਼ਾ। ਉਹਦਾ ਕੋਈ ਕੇਸ ਕੁਸ ਆ ਗਈ ਤਾਂ ਫਿਰ ਬੁਲਾ ਲੈਂਦੇ ਆ। ਕਿਸ ਤਰ੍ਹਾਂ ਦਾ ਕੇਸ? ਮਤਲਬ ਜਿੱਦਾਂ ਬੋਡੀ ਬੋਡੀ ਲੱਭਣਾ ਹੋਵੇ, ਕੋਈ ਛਾਲ ਛੂਲ ਮਾਰਿਆ ਹੋਵੇ ਤਾਂ ਫਿਰ ਆਪਾਂ ਬੁਲਾ ਲਈ ਤਾਂ ਫਲੋਰੋ ਬੰਦੇ ਬੁਲਾਈਦਾ, ਲੱਭਦੇ ਪਤਾ ਨਹੀਂ ਕਿੰਨੇ ਕਿਲੋਮੀਟਰ, 4 ਕਿਲੋ 5 ਕਿਲੋਮੀਟਰ ਲੱਭਦੇ ਆਪਾਂ।